अच्छा अब्दुल्ला भैया की लाया बिच इसी सीडलेस नींबू है मलेशियन सीडलेस। अच्छा एक 1 year दी एज है। अच्छा ते ये मशाल्लाह दा बड़ा अच्छा साइज हुंदा है नींबू बहुत आला किस्म का है। तुसी पपीते दे बाग च ला छड़े? हां जी इहनूं ला छड़े क्योंकि 2 साल बाद जदों पपीता खत्म होएगा मशाल्लाह तैयार हो जाणगे। बिल्कुल गुड हो गया। मतलब इहदी तैयार होण दी उम्र 2 साल है? 2 साल कम से कम। इहदे खत्म होण दी उम्र 2 साल है? हां इहदी खत्म होण दी उम्र। तुसी एडवांस ही लाता वी उहदी खत्म होण तों पहलां तुसी इह तैयार कर लो। बल्कि असीं इहनूं गुट्टी लाई सी। अच्छा ਉਹਨੂੰ ਏਅਰ ਲੇਅਰਿੰਗ ਕਹਿੰਦੇ ਆ। ਅੱਛਾ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਟਾ ਕੇ ਅਸੀਂ ਨਵੇਂ ਪੌਦਿਆਂ ਦੀ ਜਿਹੜੀ ਤਿਆਰੀ ਕੀਤੀ ਹੈ ਨਾ। ਅੱਛਾ ਉਹ ਸਾਰੀ ਅਸੀਂ ਇਹਦੇ ਨਾਲੋਂ ਸੈਂਕੜਿਆਂ ਪੌਦੇ ਹਜ਼ਾਰਾਂ ਪੌਦੇ ਤਿਆਰ ਕਰ ਲਏ। ਅੱਛਾ ਇੱਕ ਪੌਦੇ ਤੋਂ ਅਸੀਂ ਬਹੁਤ 20-25-30-40 ਪੌਦੇ ਇਵੇਂ ਤਿਆਰ ਹੋ ਜਾਂਦੇ ਆ। ਅੱਛਾ ਅੱਛਾ ਔਰ ਬੜਾ ਆਲਾ ਕੰਮ ਹੈ ਅਸੀਂ ਨਰਸਰੀ ਦਾ ਕੰਮ ਇਹਦੇ ਕਰ ਰਹੇ ਹਾਂ। ਠੀਕ ਹੈ ਇਹਦੇ ਪੌਦੇ ਅਸੀਂ ਗੁੱਟੀ ਤਿਆਰ ਕੀਤੀ। ਠੀਕ ਹੈ ਉਹ ਵੀ ਸਾਨੂੰ ਵਿਖਾਓ ਥੋੜ੍ਹਾ। ਹਾਂਜੀ ਤੁਹਾਨੂੰ ਇਹਦੀ ਗੁੱਟੀ ਏਅਰ ਲੇਅਰਿੰਗ ਕਹਿੰਦੇ ਇਹਨੂੰ। ਅੱਛਾ ਉਰਦੂ 'ਚ ਇਹਨੂੰ ਗੁੱਟੀ ਕਹਿੰਦੇ ਇੰਗਲਿਸ਼ 'ਚ ਏਅਰ ਲੇਅਰਿੰਗ ਕਹਿੰਦੇ ਆ। ਇਹ ਨਵੇਂ ਪੌਦੇ ਬਣਾਉਣ ਵਾਸਤੇ ਨਾ ਮਿੱਠੇ ਤੇ ਸੀਡਲੈਸ ਨਿੰਬੂ ਤੇ ਅਸੀਂ ਗੁੱਟੀ ਲਗਵਾਉਂਦੇ ਆ। ਅੱਛਾ ਏਅਰ ਲੇਅਰਿੰਗ ਕਰਦੇ ਆ। ਇਹਦਾ ਤੁਹਾਨੂੰ ਪ੍ਰੋਸੈਸ ਦੱਸਦੇ ਆ ਕਿ ਅੱਛੀਆਂ ਜਿਹੜੀਆਂ ਸ਼ਾਖਾਂ ਨਾ ਜੀ। ਅੱਛਾ ਉਹਨਾਂ ਤੇ ਕੈਮੀਕਲ ਲਾ ਕੇ ਮਿੱਟੀ ਲਾ ਕੇ ਇਹਨੂੰ ਬੰਨ ਦਿੰਦੇ ਆ। ਅੱਛਾ ਉੱਥੇ ਜਦੋਂ ਸ਼ਾਖ ਜੜ ਬਣਾਉਂਦੀ ਹੈ ਨਾ, ਹਾਂਜੀ ਉੱਥੋਂ ਦੇਖਦੇ ਆ ਉਹਨੂੰ ਕੱਟ ਕੇ ਤੇ ਨਵਾਂ ਪੌਦਾ ਅਸੀਂ ਉਹਦਾ ਨਾ ਕਿ ਸਾਡਾ ਤਿਆਰ ਹੋ ਜਾਂਦਾ। ਮਤਲਬ ਇੱਕ ਪੌਦੇ ਤੋਂ ਕਈ ਪੌਦੇ ਤਿਆਰ ਕਰਦੇ ਹੋ? ਇੱਕ ਪੌਦੇ ਤੋਂ ਕਈ ਪੌਦੇ ਤਿਆਰ ਕਰਦੇ। ਮੈਂ ਤੁਹਾਨੂੰ ਹੁਣ ਇਹ ਦਿਖਾਵਾਂ ਮੈਂ ਇਹ ਦੇਖੋ ਜੀ ਇਹ ਸਾਡੀ ਗੁੱਟੀ ਲੱਗੀ ਹੈ। ਠੀਕ ਹੈ ਇਹ ਦੇਖੋ। ਠੀਕ ਇਹ ਅਸੀਂ ਇਹਨੂੰ ਗੁੱਟੀ ਲਾਈ ਹੈ, ਇਹਨੂੰ ਅਸੀਂ ਖੋਲਾਂਗੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹਦੇ ਵਿੱਚ ਸਾਡਾ ਜਿਹੜਾ ਸਾਰਾ ਸਿਸਟਮ ਹੈ ਉਹ ਕੀ ਹੈ। ਸਹੀ ਹੋ ਗਿਆ। ਮਤਲਬ ਨਯਾਬ ਨਸਲ ਨੂੰ ਅੱਗੇ ਵਧਾਉਣ ਦਾ ਤਰੀਕਾ। ਹਾਂਜੀ 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 ਔਰ ਸ਼ਾਰਟਕੱਟ ਤਰੀਕੇ ਨਾਲ ਮਦਰ ਪਲਾਂਟ ਤੋਂ ਜਿਹੜਾ ਪੌਦਾ ਬਣਦਾ ਹੈ ਉਹ ਸੇਮ ਉਹੀ ਚੀਜ਼ ਹੁੰਦੀ ਹੈ। ਗੁੱਡ ਯਾਨੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਇਹ ਸੇਮ ਇਹੀ ਮਿੱਠਾ ਹੋਏਗਾ। ਸਹੀ ਹੋ ਗਿਆ। ਇਹਨੂੰ ਇਹ ਗੁੱਟੀ ਲੱਗ ਗਈ ਹੈ। ਇਹ ਜਦੋਂ ਅਸੀਂ ਉਤਾਰਾਂਗੇ ਇਹਦੀਆਂ ਜੜ੍ਹਾਂ ਬਣ ਗਈਆਂ। ਹੁਣ ਅਸੀਂ ਪੌਦਾ ਇੱਥੋਂ ਕੱਟ ਕੇ ਇਹਨੂੰ ਗਮਲੇ 'ਚ ਲਾ ਦਾਂਗੇ, ਸਾਡਾ ਇੱਕ ਪੌਦਾ ਤਿਆਰ ਹੋ ਜਾਏਗਾ। ਮਤਲਬ ਇਹਦੀਆਂ ਜੜ੍ਹਾਂ ਤਿਆਰ ਨੇ? ਹਾਂਜੀ ਇਹ ਜੜ੍ਹਾਂ ਤਿਆਰ। ਇੱਥੋਂ ਮਗਰੋਂ ਕੱਟੋਗੇ? ਹਾਂਜੀ ਇੱਥੋਂ ਅਸੀਂ ਕੱਟਦੇ ਆ। ਗਮਲੇ 'ਚ ਲਾ ਦੋਗੇ ਜੜ੍ਹਾਂ ਵੱਧ ਜਾਣਗੀਆਂ, ਇਹ ਪੌਦਾ ਤਿਆਰ। ਹਾਂਜੀ ਇਹ ਪੌਦਾ ਤਿਆਰ ਹੋ ਜਾਏਗਾ ਸਾਡਾ। ਇਹਦੇ 'ਚ ਕੀ ਪਾਇਆ ਤੁਸੀਂ ਜੀ? ਇਹਦੇ 'ਚ ਆਮ ਸਿੰਪਲ ਮਿੱਟੀ ਹੈ। ਅੱਛਾ ਪੀਟ ਮਾਸ ਵੀ ਨਾਲ ਉਹਦਾ ਨਾ ਕਿ ਹੁੰਦੀ ਹੈ ਮਿੱਟੀ, ਸਪੈਸ਼ਲ ਨਾਰੀਅਲ ਦੀ ਮਿੱਟੀ। ਅੱਛਾ ਅਸੀਂ ਉਹਨੂੰ ਮਿਕਸ ਕਰਕੇ ਇਹਦੀ ਜਗ੍ਹਾ ਬਣਾ ਕੇ ਉਹਦੇ ਵਿੱਚ ਲਾ ਦਿੰਦੇ ਹਾਂ। ਸਹੀ ਹੋ ਗਿਆ। ਮਤਲਬ ਇਹ ਤੁਹਾਡਾ ਇੱਕ ਪੌਦਾ ਤਿਆਰ ਆ? ਇੱਕ ਸਾਡਾ ਪੌਦਾ ਇੱਥੋਂ ਚਿਕਾ। ਜਿੰਨੇ ਵੀ ਬੰਨੇ ਨੇ ਉੱਥੇ ਉਹਨੇ ਪੌਦੇ ਤਿਆਰ ਤੁਹਾਡੇ ਹੋਏ ਖੜੇ ਨੇ? ਸਾਡੇ ਕੋਲ ਮਿੱਠੇ ਦੀ ਔਰ ਸਾਡੇ ਕੋਲ ਮਲੇਸ਼ੀਅਨ ਸੀਡਲੈਸ ਦੀ ਅਸੀਂ ਗੁੱਟੀ ਤਿਆਰ ਕੀਤੀ ਹੈ। ਅੱਛਾ ਇਹ ਬਾਈ ਸੇਲ ਵਾਸਤੇ ਵੀ ਦੱਸਿਆ ਆਪਣੇ? ਅਸੀਂ ਸੇਲ ਵਾਸਤੇ ਕਰ ਰਹੇ ਹਾਂ, ਆਪਣੇ ਬਾਗ 'ਚ ਵੀ ਲਾ ਰਹੇ ਹਾਂ ਔਰ ਅਸੀਂ ਸੇਲ ਵਾਸਤੇ ਵੀ। ਆਲਾ ਨਸਲ ਦੇ ਗਰੰਟਿਡ ਆ ਸਾਡੇ ਕੋਲ। ਅੱਛਾ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਹੈ ਸੇਲ ਵਾਸਤੇ? ਮਿੱਠਾ ਹੈ ਸਾਡੇ ਕੋਲ। ਅੱਛਾ ਔਰ ਮਲੇਸ਼ੀਅਨ ਸੀਡਲੈਸ ਲਿੰਬੂ ਹੈ ਸਾਡੇ ਕੋਲ। ਅੱਛਾ ਕੋਈ ਲੈਣਾ ਚਾਹੇ? ਹਾਂ ਕੋਈ ਲੈਣਾ ਚਾਹੇ ਤਾਂ ਅਸੀਂ ਮੋਸਟ ਵੈਲਕਮ, ਸਾਡਾ ਉਹਨੂੰ ਤੁਸੀਂ ਉਹਦਾ ਨਾਮ ਕੀ ਦੱਸ ਦਿਓ, ਅਸੀਂ ਉਹਨਾਂ ਨੂੰ ਗਾਈਡ ਵੀ ਕਰਾਂਗੇ ਔਰ ਇਨਸ਼ਾਅੱਲਾ ਉਹਨਾਂ ਨੂੰ ਉਹਦਾ ਨਾਮ ਕੀ ਪੌਦੇ ਵੀ ਫਰਾਮ। ਹਾਂਜੀ ਪੌਦੇ ਫਰਾਮ ਕਰਾਂ ਉਹ ਗਰੰਟਿਡ ਪੌਦੇ ਹੈ। ਠੀਕ ਹੋ ਠੀਕ ਹੋ। ਇਹ ਅੰਜੀਰ ਦੇ ਪੌਦੇ। ਅੱਛਾ ਇਹ ਗੁੱਟੀ ਤੋਂ ਹੀ ਅਸੀਂ ਲਾਏ ਸੀ ਉਹਦਾ ਨਾਮ। ਅੱਛਾ ਔਰ ਸਾਡੇ ਕੋਲ ਮਾਸ਼ਾਅੱਲਾ ਇਹ ਐਵੇਂ ਗੁੱਟੀ ਲੱਗੀ ਔਰ ਐਵੇਂ ਫਰੈਸ਼ ਪੌਦੇ ਉਹਦਾ ਨਾਮ। ਅੱਛਾ ਐਵੇਂ ਗੁੱਟੀ ਲਾ ਕੇ ਕੱਟ ਕੇ ਇਹਨੂੰ? ਹਾਂਜੀ ਕੱਟ ਕੇ ਇਹਨੂੰ ਅਸੀਂ ਇਹ ਥੈਲੇ 'ਚ ਮੁੰਤਕਿਲ ਕੀਤਾ ਹੈ। ਠੀਕ ਇਹ ਸਾਡੇ ਕੋਲ ਮਾਸ਼ਾਅੱਲਾ ਫਰੈਸ਼ ਔਰ ਅੰਜੀਰ ਦੇ ਪੌਦੇ ਖੜੇ। ਠੀਕ ਹੋ ਗਿਆ। ਹੋਰ ਕਿਹੜੇ ਕਿਹੜੇ ਪੌਦੇ ਸਾਡੇ ਕੋਲ? ਮਿੱਠਾ। ਅੱਛਾ ਉਸ ਤੋਂ ਬਾਅਦ ਇਹ ਸਾਡੇ ਕੋਲ ਇਹ ਸਾਰਾ ਉਹਦਾ ਨਾਮ ਕਿ ਸੀਡਲੈਸ ਨਿੰਬੂ ਹੈ। ਅੱਛਾ ਇਹ ਵੀ ਤਿਆਰ ਹੋਇਆ ਹੈ। ਅੱਗੇ ਵਿੱਚ ਫਰੂਟ ਵੀ ਲੱਗਾ ਤੈਨੂੰ ਨਜ਼ਰ ਆਉਂਦੀ ਹੋਣੀ ਕਲੀ ਉਹਦੇ ਵਿੱਚ। ਹਾਂ ਹਾਂ ਬਿਲਕੁਲ ਆ ਰਹੀ ਹੈ। ਇੱਧਰ ਦੀ ਆ ਜਾਓ ਕਲੀ ਲੱਗਣ ਲੱਗੀ, ਕਲੀ ਵੀ ਲੱਗੀ ਹੈ। ਇਹ ਸਾਡੇ ਕੋਲ ਪੌਦੇ ਮਾਸ਼ਾਅੱਲਾ ਤਿਆਰ ਆ। ਠੀਕ ਹੋ ਗਿਆ। ਇਹ ਅਸੀਂ ਇੱਧਰ ਇਹ ਗ੍ਰਾਫਟਿੰਗ, ਉੱਧਰ ਅਸੀਂ ਏਅਰ ਲੇਅਰਿੰਗ ਦਾ ਕੰਮ ਕਰ ਰਹੇ ਸੀ। ਠੀਕ ਹੈ। ਇਹ ਸਾਡਾ ਗ੍ਰਾਫਟਿੰਗ ਦਾ ਕੰਮ ਹੈ। ਅੱਛਾ ਖੱਟੀ ਤੇ ਅਸੀਂ ਗ੍ਰਾਫਟ ਕਰ ਰਹੇ ਹਾਂ, ਮੁਖਤਲਿਫ ਕਰ ਰਹੇ ਹਾਂ। ਕਿਹਨੂੰ ਕਰ ਰਹੇ ਹਾਂ? ਅੱਛਾ ਫਰੂਟਰ ਕਰ ਰਹੇ ਹਾਂ, ਸ਼ਿਕਰੀ ਮਾਲਟਾ ਔਰ ਗ੍ਰੇਪ ਫਰੂਟ। ਇਹ ਤੁਹਾਨੂੰ ਦੱਸੀਏ ਕਿ ਇਹ ਸਾਡੀ ਦੇਖੋ ਗ੍ਰਾਫਟਿੰਗ ਹੈ। ਇਹ ਅਸੀਂ ਕਲਮ ਲਾਈ ਹੈ। ਠੀਕ ਹੈ। ਇਹ ਕਲਮ ਲਾਈ ਔਰ ਮਾਸ਼ਾਅੱਲਾ ਸਾਡੀ ਕਲਮ ਚੱਲ ਗਈ ਹੈ। ਹੁਣ ਅਸੀਂ ਖੱਟੀ ਨੂੰ ਕੱਟ ਦਿੱਤਾ ਜਾਏਗਾ ਔਰ ਸਾਡਾ ਪੌਦਾ ਕਿਹਨੂੰ ਦਾ ਤਿਆਰ ਹੋ ਜਾਏਗਾ। ਕਿਉਂਕਿ ਪੱਤੋ ਕੀ ਬਹੁਤ ਜ਼ਿਆਦਾ ਇਹਦਾ ਰੇਟ ਹੋ ਗਿਆ ਸੀ, 175-200 ਦੇ ਕਰੀਬ ਹੋ ਗਿਆ ਕਿਹਨੂੰ ਦਾ ਰੇਟ। ਲੱਗਦਾ ਅਸੀਂ ਫਿਰ ਕਿਹਾ ਕਿ ਆਪਣੀ ਆਪ ਹੀ ਤਿਆਰ ਕਰੀਏ ਇਸ ਇਲਾਕੇ ਦੀ ਔਰ ਬੜੇ ਆਲਾ ਪੌਦਿਆਂ ਦੀ। ਸਾਡੇ ਕੋਲ ਪੌਦੇ ਤੁਹਾਨੂੰ ਦਿਖਾਉਂਦੇ ਹਾਂ ਜਿਹਨਾਂ ਤੇ ਬਹੁਤ ਜ਼ਿਆਦਾ ਕਲੀ ਲੱਗੀ ਔਰ ਬਹੁਤ ਜ਼ਿਆਦਾ ਫਲ ਆਉਂਦਾ। ਮਤਲਬ ਆਪ ਵੀ ਲਾਓਗੇ ਔਰ ਲੋਕਾਂ ਨੂੰ ਸੇਲ ਵੀ ਕਰੋਗੇ। ਠੀਕ ਅਸੀਂ ਉਹਨਾਂ ਕਿੰਨੂਆਂ ਨੂੰ ਲੈ ਕੇ ਉਹਦਾ ਨਾਮ ਹੀ ਕੀਤਾ ਹੈ ਸਰ। ਸਰੀ ਗ੍ਰਾਫਟਿੰਗ ਇਹ ਹੋਈ ਹੈ ਦੇਖੋ। ਮਾਸ਼ਾਅੱਲਾ ਕਾਮਯਾਬ ਹੋਈ ਖੜੀ। ਹਾਂਜੀ ਕੁਝ ਕੱਟਣ ਵਾਲੇ ਰਹਿੰਦੇ ਆ ਜਿਹੜੇ ਕੱਟ ਲਏ ਉਹ ਦੇਖੋ ਤੁਹਾਡੇ ਸਾਹਮਣੇ। ਹਾਂ ਛੋਟਾ ਖੜਾ ਆ ਮਾਸ਼ਾਅੱਲਾ ਤਿਆਰ ਹੋਇਆ ਖੜਾ। ਇਹ ਸਾਰੇ ਮਾਸ਼ਾਅੱਲਾ ਗ੍ਰਾਫਟਿੰਗ ਹੋਈ ਹੈ ਸਰ, ਇਹ ਬਿਹਤਰੀਨ ਕਰਕੇ ਉਹਦਾ ਨਾਮ। ਸਹੀ ਹੋ ਗਿਆ। ਜਿਹਨੇ ਛੋਟੀਆਂ ਸੀ ਨਾਲ ਨਾਲ ਇਹਨਾਂ ਨੂੰ ਕਰਨ ਦੇ। ਠੀਕ ਹਾਂਜੀ। ਕਿਉਂ ਵੈਨ ਕਿੰਨੂ ਦੀ ਗ੍ਰਾਫਟਿੰਗ ਵਾਸਤੇ ਸੀ ਇਹ ਪੌਦੇ ਯੂਜ਼ ਕਰਦੇ ਆ ਨਾ, ਪੌਦਿਆਂ ਦੀ ਟਹਿਣੀਆਂ ਲਈਆਂ ਕਿਉਂਕਿ ਇਹ ਮਦਰ ਪਲਾਂਟ ਹੈ ਔਰ ਇਹ ਬਹੁਤ
ਆਲਾ ਨਸਲ ਦੇ ਔਰ ਐਕਸੀਲੈਂਟ ਇਹਨਾਂ ਦਾ ਫਲ ਹੁੰਦਾ ਇੱਥੋਂ ਤੁਸੀਂ ਕੱਟ ਕੇ ਟਹਿਣੀਆਂ ਉੱਥੇ ਲਾ ਕੇ ਗ੍ਰਾਫਟਿੰਗ ਕਰਨ ਦਾ ਸਰ ਇਹ ਸਾਰੀ ਗ੍ਰਾਫਟਿੰਗ ਮਤਲਬ ਇਸ ਪੌਦੇ ਨੂੰ ਤੁਸੀਂ ਵਧਾ ਕੇ ਵੱਡਾ ਕਰ ਰਹੇ ਹੋ ਵਧਾ ਰਹੇ ਹੋ ਇਸ ਪੌਦੇ ਨੂੰ ਕਿਉਂਕਿ ਜਿਹੜਾ ਮਦਰ ਪਲਾਂਟ ਆ ਉਹ ਬੜਾ ਜ਼ਰੂਰੀ ਹੈ ਕਿ ਬਹੁਤ ਆਲਾ ਕਿਸਮ ਦਾ ਹੋਵੇ ਠੀਕ ਕਿਉਂਕਿ ਅਗਰ ਉਹ ਅੱਛਾ ਨਹੀਂ ਹੋਏਗਾ ਤਾਂ ਗਾਂ ਅਗਲੇ ਪੌਦੇ ਫੜ ਲੈਣਗੇ ਕਿਉਂਕਿ ਨਾ ਐਕਸੀਲੈਂਟ ਇਹਨੂੰ ਫਰੂਟਿੰਗ ਹੈ ਔਰ ਜਿਹਨੂੰ ਐਕਸੀਲੈਂਟ ਫਰੂਟਿੰਗ ਹੋਏਗੀ ਸੇਮ ਹੀ ਇਹ ਕਰੈਕਟਰ ਉਹਦੇ ਵਿੱਚ ਮੁੰਤਕਿਲ ਹੋ ਜਾਏਗਾ ਸਹੀ ਹੋ ਗਿਆ ਨਹੀਂ ਮਾਸ਼ਾਅੱਲਾ ਫਲ ਦਾ ਬਾਅਦ ਕਲੀਆਂ ਕੁਲੀਆਂ ਤੇ ਬਹੁਤ ਲੱਗੀਆਂ ਨੇ ਜੀ 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 ਸਹੀ ਹੋ ਨਾ ਯਾਰ ਇਹ ਦੇਖਾਂ ਵੈਸੇ ਵੀ ਨਾ